अस्सलाम वालेकुम, सत श्री अकाल जी। मैं ताडा वीर भुपिंदर सिंह लवली और मेरा पिंड दे अज दे एपीसोड लई सानू चिट्ठी पाई सी जनाब टहल सिंह बड़वाल होरां ने, जो कि मौजूदा जलंधर निवासी ने। इन्हां दी माता जी बीबी रतन कौर सपुत्री सरदार ज्वाला सिंह जी का जन्म इसे ही पिंड विच होया सी और उन्होंने 1947 विच अपना कार बार छड़ना पिया। इस तो अलावा सरदार वरियाम सिंह जी भी इसे ही पिंड के रहने वाले सन। सो वेखदे आ सरदार टहल सिंह जी दे वड वडेरां दा पिंड, नाल दे नाल कोशिश करांगे कि कोई सानू ऐसा बुजुर्ग मिल जाए जिन्हां दीआं सांझां सरदार टहल सिंह जी दे वड वडेरियां नाल होण। सत श्री अकाल जी, आदाब जी। मैं टहल सिंह बड़वाल चढ़ते पंजाब तो। मेरा पिंड मैतपुर लदनी, तहसील बलाचौर, जिला शहीद भगत सिंह नगर, नवांशहर दुआबा है। मेरे माता जी जक छत्ती एस बी जनूबी सरगोदा पाकिस्तान दे जंपल सन। उन्हों की शादी 1947 की बण तो पहला ही इस पासे हो गई सी। मेरे नाना जी सरदार ज्वाला सिंह जी सन, उन्हां दे भाई सरदार बरियाम सिंह जी सन। मेरे माता जी जनवरी 2005 विच पूरे हो गए सन। ते मेरे मामा जी का नाम सोहन सिंह सी। मेरे माता जी अपनी जिंदगी विच सदा ही इस पिंड नूं याद करते रहे। तो दसते सन कि उस समय के अनुसार भी ये पिंड काफ़ी खुशहाल सी, जिंदगी सौखी सी। ते इस पिंड दे विच लड़कियां दी पढ़ाई का भी ध्यान रखा जाता सी। माता जी भावें स्कूल तो नहीं गए पर फिर भी उन्होंने अंग्रेजी के बहुत सारे शब्द याद सन, तो पंजाबी दी वो पढ़ सकते सन, तो गुरबाणी का पाठ बहुत वधिया कर लेंगे सी। मेरी भी इच्छा है कि मैं अपनी माँ का जन्म स्थान अपनी जिंदगी में देखा। बाबा जी की हाल चाल ਤੁਹਾਡਾ? ਬਿਲਕੁਲ ਠੀਕ। ਨਾਮ ਕੀ ਤੁਹਾਡਾ? ਮੁਹੰਮਦ ਫਾਜ਼ਲ। ਮੁਹੰਮਦ ਫਾਜ਼ਲ, ਤੁਹਾਡੇ ਵਾਲਦ ਸਾਹਿਬ ਦਾ? ਇਮਾਮਦੀਨ। ਇਮਾਮਦੀਨ ਤੇ ਬਜ਼ੁਰਗੋ ਆਪਣਾ ਉਦੋਂ ਕਿੰਨੀ ਉਮਰ ਸੀ ਤੁਹਾਡੀ? 8-9 ਸਾਲ। 8-9 ਸਾਲ ਨਿਕੇ ਸੀ, ਸਹੀ ਹੋ ਗਿਆ। ਤੇ ਇੱਥੇ ਕੌਣ ਕੌਣ ਰਹਿੰਦੇ ਸੀ, ਕੋਈ ਨਾਂ ਪਤਾ ਕੋਈ? ਇਹਨਾਂ ਨੂੰ ਨਾਂ ਨਹੀਂ ਯਾਦ ਰਿਹਾ ਤੇ ਸਾਨੂੰ ਉਹ ਗੰਡਾ ਤੇ ਜੋਗਿਆ ਗੰਡੇ ਸਿੰਘ ਦਾ ਇੱਥੇ ਜਿਹੜੇ ਰਹਿੰਦੇ ਹਾਂ, ਜਿਹੜੇ ਤੋਲਦੇ ਤਾਲਦੇ ਹਾਂ, ਉਹ ਜਿਹਨਾਂ ਦੇ ਕੀ ਉਹਨਾਂ ਦਾ ਨਾਮ? ਰਾਮ ਲਾਲ, ਸਰਦਾਰੀ ਲਾਲ, ਸਰਦਾਰੀ ਲਾਲ। ਉਹ ਕਣਕ ਤੋੜਦੇ, ਜਿਹੜੀ ਕਣਕ ਤੋੜਦੇ ਸਨ, ਆਹ ਉਹ ਇਹਨਾਂ ਨੇ, ਉਹ ਸਰਦਾਰੀ ਲਾਲ। ਸਰਦਾਰੀ ਲਾਲ ਐਸ ਬਜ਼ੁਰਗ ਉਦੋਂ ਦੇ ਲੱਗਦੇ ਕੋਈ ਨਹੀਂ ਤੁਸੀਂ? ਨਹੀਂ ਜੀ, ਇਹਨਾਂ ਦੇ ਗੁਆਂਢ ਨਹੀਂ ਹੁੰਦਾ ਸੀ, ਇਹਨਾਂ ਦੇ ਗੁਆਂਢ ਨਹੀਂ ਹੁੰਦਾ ਸੀ। ਟੋਲਿਆ ਸੀ ਬਚਪਨ ਸੇ ਐਸਨਾ ਸਾਡਾ ਉਸ ਹਾਂ ਗੁਆਂਢ ਸਾਡੀ, ਅੱਲਾ ਦੀ ਮਿਹਰਬਾਨ, ਅੱਲਾ ਦਾ ਕਰਮ ਹੈ। 76-77 ਸਾਲ ਉਮਰ ਹੈ। ਅੱਛਾ। ਆ ਲੇਕਿਨ ਇਹ ਵੇਖ ਕੇ ਅਸਾਂ ਉਹਨਾਂ ਬਜ਼ੁਰਗਾਂ ਨੂੰ ਵੇਖਿਆ ਇੱਥੇ ਠੀਕ ਠਾਕ, ਮੇਰਾ ਮਤਲਬ ਆਸਨਿਆ ਕਿ ਬੜੇ ਹਸਮੁੱਖ ਬੰਦੇ ਸਨ। ਅੱਛਾ। ਅਤੇ ਲੇਕਿਨ ਇਹ ਵੇਖ ਕੇ ਵਕਤ ਦੇ ਨਾਲ ਨਾਲ ਜਿਵੇਂ ਜਿਵੇਂ ਮੇਰਾ ਆ ਜਾਣੀ ਹੈ ਕਿਸੇ ਦੇ, ਫਿਰ ਜਾਣਾ ਤਾਂ ਹੈ ਹੀ, ਰਹਿਣਾ ਤਾਂ ਇੱਥੇ ਕਿਸੇ ਵੀ ਨਹੀਂ। ਕਿੱਦਾਂ ਕਿੱਦਾਂ ਪਤਾ ਇੱਕ ਸਰਦਾਰੀ ਲਾਲ ਦਾ ਤੁਸੀਂ ਦੱਸਿਆ? ਵੇਖੋ ਜੀ, ਹਰਦਿਆਲ ਇਹ ਬੰਦਾ ਜਿਹੜਾ ਨਾ, ਇਹ ਉਹਨਾਂ ਦੇ ਵੇਲੇ ਦਾ, ਅਸੀਂ ਜਿਵੇਂ ਗਦਰ ਦੇ, ਮੇਰਾ ਮਤਲਬ ਸਨ 47 ਦੇ, ਸਾਡੀ ਪੈਦਾਇਸ਼ ਸਨ 47 ਦੀ। ਉਸ ਤੋਂ ਬਾਅਦ ਜਿਹੜੇ ਕੋਈ ਬੰਦੇ ਇੱਥੇ ਰਹੇ ਸਨ ਉਹਨਾਂ ਨਾਲ ਵਾਕਫ ਕੀਤਾ। ਅੱਛਾ, ਕੁਛ ਲੋਕ ਰਹਿ ਗਏ ਸੀ ਇੱਥੇ ਜਿਹੜੇ, ਮੇਰਾ ਮਤਲਬ ਹੁਣ ਜਿਵੇਂ ਆਪਣਾ ਸਰਦਾਰੀ ਲਾਲ ਰਿਹਾ ਸੀ, ਸਰਦਾਰੀ ਲਾਲ ਉਹਦੇ ਦੋ ਰਹੇ ਸਨ, ਉਹ ਜਿਹਨਾਂ ਗੱਡੇ ਬਣਾਏ, ਦੋਵੇਂ ਭਰਾ ਉਹ ਤਰੇਵੇਂ ਇੱਥੇ ਹੀ ਰਹੇ ਸਨ। ਤਾਂ ਹਾਂ, ਸਾਡੇ ਤਾਂ ਕੋਈ ਨਹੀਂ ਸੀ ਜਾਂ ਕੀ ਸੀ ਮੇਰਾ ਕੀ? ਉਹ ਨਹੀਂ, ਉਹ ਦੋਵੇਂ ਭਰਾ ਸਨ, ਮਗਰ ਉਹਨਾਂ ਗੱਡਾ ਰੱਖਿਆ ਹੁੰਦਾ ਸੀ। ਲੈ ਜਾਓ ਜਿੰਨੀ ਕੁ ਤੁਹਾਨੂੰ ਚਾਹੀਦੀ, ਤੁਸੀਂ ਅਸੀਂ ਲੈ ਚੱਲੇ।
खतरी और अज असी आए हैं जी सरगोधा दे विच। सरगोधा दे विच जिस पिंड दे विच बैठे हैं असी, इस पिंड वास्ते सरदार टहल सिंह जी ने, जो जलंधर निवासी ने, उन्होंने रिक्वेस्ट की थी कि उत्थे जायो और साडे वड्डियां दा पता करो। सो इत्थे सानू एक बजुर्ग मिले ने, यह सादा खूबसूरत लोग, ते जदों असी इन्हां दी वीडियो रिकॉर्ड करन लगे तो बाबा जी अगे अगे ते असी पिछे पिछे, ते बाबा जी मुंडियां नू कहिंदे आ कि भई किथे मैनू थाने ते नहीं फड़ा दिओगे, ते बड़े औखे बाबा जी नू घेरे आ। बजुर्गो की हाल चाल तुहाडा? ठीक आ। ਨਾਂ ਕੀ ਤੁਹਾਡਾ? ਮਰਾਜ ਅਲੀ। ਤੁਹਾਡੇ ਵਾਲਦ ਸਾਹਿਬ ਦਾ? ਅੱਲਾ ਦਿੱਤਾ। ਅੱਲਾ ਦਿੱਤਾ। ਅੱਛਾ, ਪਿੰਡ ਦਾ ਕੀ ਨਾਂ ਜੀ? ਛੱਤੀ ਚੱਕ। ਛੱਤੀ ਚੱਕ। ਛੱਤੀ ਚੱਕ। ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਸਰਗੋਧਾ। ਸਰਗੋਧਾ ਜ਼ਿਲ੍ਹਾ। ਹਾਂ। ਤੇ ਇਹ ਛੱਤੀ ਚੱਕ ਦੇ ਲਾਗੇ ਕਿਹੜੇ ਕਿਹੜੇ ਪਿੰਡ ਆ? ਇਹ 34। ਹੂੰ। ਸਾਰੇ ਨੰਬਰ ਹੀ ਵਾਜਦੇ ਆ। 35। ਅੱਛਾ। ਆ 98। ਹੂੰ। ਉਹ 97 ਚਾਰ ਚਫੇਰੇ ਜੂ ਲੱਗੀ ਆਉਂਦੀ। ਤੁਸੀਂ ਦੇ ਵਸਿੰਦੇ ਹੋ? ਆਹੋ। ਕਿ ਉਧਰੋਂ ਆਏ ਸੀ? ਇੱਥੇ ਹੀ। ਇੱਥੇ ਉਹ ਦਸਕੇ ਦਸਕੇ ਦੇ ਕੋਲ ਸਾਡਾ ਪਿੰਡ ਸੀ ਪਿੱਛੇ। ਅੱਛਾ। ਮੰਦਰਾਂ ਵਾਲਾ। ਅੱਛਾ। ਉੱਥੋਂ ਅਸੀਂ ਆਏ ਸਾਂ ਇੱਥੇ ਸ਼ੁਰੂਬਾਦੀ ਤੋਂ। ਅੱਛਾ, ਸ਼ੁਰੂਬਾਦੀ ਤੋਂ ਆਏ ਹੋ। ਤੇ ਉਮਰ ਕਿੰਨੀ ਹੈ ਕਿਦੀ ਤੁਹਾਡੀ? ਅੱਗੇ ਵੇਖੀ ਨਹੀਂ ਉੱਤੇ। ਉੱਤੇ ਲਿਖੀ ਹੈ 1933 ਤੁਹਾਡਾ ਜਨਮ। ਆਹੋ। ਤੇ ਫੇਰ ਉਹਦੇ 'ਚ ਇੱਕ ਹੋਰ ਚੀਜ਼ ਵੀ ਪਈ ਸੀ, ਉਹ ਵਿਖਾਓ ਤੇ ਸਹੀ। ਕਿਹਦੇ? ਇੰਡੀਆ। ਇੰਡੀਆ ਤੋਂ ਕਿਹੜੀ ਚੀਜ਼ ਲੈ ਕੇ ਆਏ ਸੀ? ਵਿਖਾਈ ਨਹੀਂ ਹੋ, ਅੱਗੇ ਤੈਨੂੰ ਵਿਖਾਈ ਤੇ ਆਇਆ। ਉਹ ਜਿਹੜੇ ਵੇਖਣ ਦੇ ਉਹਨਾਂ ਨੂੰ ਵੀ ਵਿਖਾਵਾਂ ਨਾ। ਓਏ, ਤੂੰ ਕਿਉਂ ਦੰਦੀਆਂ ਕਰਨ ਆਈ? ਇਹ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਸੀ ਨਾ, ਤੀਜੇ ਸਾਲ ਮੈਂ ਗਿਆ ਸੀ। ਅੱਛਾ। ਉਹ ਕੁਦਰਤੀ ਅੱਗੇ ਉਹ ਖਲੋਤੇ ਸਨ ਅੱਗੇ ਪਿੰਡ ਵਾਲੇ, ਉਹਨਾਂ ਵੇਖ ਕੇ ਤਾਂ ਆਉਂਦੇ ਬਹੁਤ ਗੱਡੀ 'ਚ। ਅੱਛਾ। ਉਹ ਮੈਨੂੰ ਲੈ ਗਏ ਸਨ। ਕਿਹੜੇ ਸਾਲ 'ਚ ਗਏ ਸੀ ਤੁਸੀਂ ਇੰਡੀਆ ਪਾਕਿਸਤਾਨ? ਇਹ 2 ਸਾਲ ਲੰਘੇ ਹਨ ਤਾਂ ਫਿਰ ਗਿਆ ਸਾਂ। ਅੱਛਾ। ਇੱਥੋਂ ਗਿਆ ਹਨ ਲਾਹੌਰ, ਅਤੇ ਲਾਹੌਰੋਂ ਫਿਰ ਪਰਾਂ ਗਿਆ ਵਾਘੇ। ਅੱਛਾ। ਉੱਥੇ ਵੇਖਿਆ ਕਿਤੇ ਪਰਲੇ ਪਾਸਿਓਂ ਗੱਡੀ ਖਲੋਤੀ, ਉਹ ਵੇਖ ਕੇ ਤਾਂ ਆਉਂਦਾ ਹੈ ਲਾਲ ਦਾ ਭਰਾ ਜੋ ਜੀ ਇੰਡੀਆ ਕਿੱਥੇ ਗਏ ਹੋਣੇ ਆ, ਅਤੇ ਉੱਧਰੋਂ ਇਹ ਤਸਵੀਰ ਇਹਨਾਂ ਨੇ ਸਾਂਭ ਕੇ ਰੱਖੀ ਹੋਈ ਹੈ। ਚਲੋ ਜੀ। ਅੱਛਾ ਜੀ। ਅੱਛਾ ਬਜ਼ੁਰਗੋ, ਆ ਪਿੰਡ ਬਾਰੇ ਦੱਸੋ। ਆ ਪਿੰਡ ਕਿੱਦਾਂ ਦਾ ਸੀ 47 ਤੋਂ ਪਹਿਲੇ, ਜਦੋਂ ਸਿੱਖ ਮੁਸਲਮਾਨ ਸਾਰੇ ਇਕੱਠੇ ਰਹਿੰਦੇ ਸੀ? ਬੜਾ ਸਲੂਕ ਸੀ। ਸਲੂਕ ਸੀ, ਇੰਨਾ ਕੋਈ ਜਿੱਦਾਂ ਕੁਛ ਆਪ ਹੀ ਨਹੀਂ ਸੀ। ਕੌਣ ਕੌਣ ਰਹਿੰਦੇ ਸੀ ਇੱਥੇ? ਇੱਥੇ ਇਹ ਸਨ ਸਰਦਾਰ। ਕੌਣ ਕੌਣ ਨੰਬਰਦਾਰ ਕੌਣ ਸੀ ਪਿੰਡ ਦਾ? ਪਿੰਡ ਦਾ ਲੰਬੜਦਾਰ ਉਹ ਸੀ ਫੈਜ਼ ਅਹਿਮਦ ਸੀ। ਫੈਜ਼ ਅਹਿਮਦ ਮੁਸਲਮਾਨ ਸੀ? ਸਿੱਖ ਬਹੁਤੇ ਸੀ ਜਾਂ ਮੁਸਲਮਾਨ ਬਹੁਤੇ ਸੀਗੇ? ਨਹੀਂ, ਸਿੱਖ ਥੋੜ੍ਹੇ ਸਨ। ਸਿੱਖ ਥੋੜ੍ਹੇ ਸਨ? 8 ਘਰ ਸਨ ਸਾਰੇ। 8 ਘਰ ਸੀਗੇ? 2 ਦੂਜੇ 4 ਖੱਤਰੀਆਂ ਦੇ, 2 ਦੂਜੇ ਸਨ। ਅੱਛਾ। ਆ ਸਿੱਖ ਬਹੁਤੇ ਕੀ ਕਰਦੇ ਸੀ ਇੱਥੇ? ਇੱਥੇ ਦੁਕਾਨਾਂ ਪਾਈਆਂ ਸਾਡਾ ਪੁੱਤ। ਦੁਕਾਨੀਆਂ ਸੀਗੀਆਂ? ਅਤੇ ਕੌਣ ਸੀਗੇ, ਕੋਈ ਨਾਮ ਚੇਤੇ? ਹਾਂ। ਕਿਹੜੇ ਕਿਹੜੇ ਸੀਗੇ ਨਾਮ? ਮੈਂ ਰੱਖ ਦਿੰਦਾ। ਇੰਡੀਆ ਤੋਂ ਗਿਫਟ ਆਇਆ ਤੁਹਾਡਾ। ਅੱਛਾ, ਇਹਨੂੰ ਬੰਦ ਕਰ ਦਿਓ, ਹੋ ਜਾਂਦਾ ਬੰਦ, ਪਾ ਲਓ। ਅੱਛਾ, ਨਾਂ ਦੱਸ ਦਿਓ ਹੁਣ ਸਾਨੂੰ। ਇੱਕ ਐਕਸੀ ਨਾ ਪਹਿਲਾਂ ਉੱਥੋਂ ਲੱਗਣਾ ਮੈਂ ਰੂ ਐਸੀ ਜੈ ਵੇਖੋ ਇਹ ਨਾਂ ਵੇ ਭੁੱਲ ਜਾਂਦੇ ਮਾਰ ਵਕਤ ਲੰਘ ਗਏ ਨੇ ਜਾਬ ਬਣ ਗਏ ਹੈ। ਵਿਸਾਖੀ ਕਿੱਥੇ ਲੱਗਦੀ ਸੀ? 45 'ਚ। 45 ਚੱਕ? ਹਾਂ। ਅੱਛਾ, 45 ਉੱਥੇ ਜ਼ਿਆਦਾ ਸਿੱਖ ਰਹਿੰਦੇ ਸੀ? ਆਹੋ, ਸਾਰਾ ਪਿੰਡ ਹੀ ਸਿੱਖਾਂ ਦਾ ਸੀ। ਅੱਛਾ। ਹਾਂ, ਆ 34 ਵੀ ਸਿੱਖ, 38 ਵੀ, ਉੱਧਰ ਵੀ ਸਾਰੇ ਵੀ ਸਿੱਖ। ਅੱਛਾ। ਉੱਧਰ ਵੀ ਸਿੱਖ, ਖੱਤਰੀ ਬਹੁਤੇ ਸਨ, ਅਤੇ ਦੂਜਾ ਜਿਹੜੀ ਤੁਹਾਡੀ ਬਲਾਦਰੀ ਸੀ ਉਹ ਥੋੜ੍ਹੀ ਸੀ, ਅਤੇ ਤੁਹਾਡੀ ਬਲਾਦਰੀ ਅਜੇ ਵੀ ਜਿਹੜੀ ਨੇ ਉਹ ਇੱਜ਼ਤ ਕਰਦੀ ਹੈ। ਅੱਛਾ। ਅਤੇ ਦੂਜੇ ਨੂੰ ਜੇ ਕਰਦੇ ਨਹੀਂ ਕਰਦੇ? ਅੱਛਾ। ਅਤੇ ਬਜ਼ੁਰਗ, ਉਹ 47 ਤੋਂ ਪਹਿਲੇ ਕਦੀ ਅਣਬਣ ਤਾਂ ਨਹੀਂ ਹੋਈ ਨਾ? ਅੱਛਾ। ਉਦੋਂ ਬਾਅਦ ਕੋਈ ਉਂਝ ਇੱਕ ਗੱਲ ਹੈ ਸਾਡੇ 'ਚ ਇੱਥੋਂ ਸਰਗੋਧੇ ਦੇ ਜ਼ਿਲ੍ਹੇ 'ਚ ਸਾਰੀ ਜਿਉਂਦੀ ਦੁਨੀਆ ਟੁੱਟ ਗਈ ਸੀ। ਜਿਉਂਦੀ ਟੁੱਟ ਗਈ ਸੀ? ਹਾਂ। ਅਤੇ ਜਿਹੜੇ ਬਾਹਰ ਦੇ ਗਏ ਨੇ ਜਦੋਂ ਫਿਰ ਬਾਹਰ ਬਾਹਰ ਲਾਹੌਰ ਰਾਲ ਤੇ ਅਗਾਂ ਨਿਕਲ ਚੁੱਕੜ, ਉੱਥੋਂ ਫਿਰ ਦੁਨੀਆ ਇੱਕ ਦੂਜੇ ਨੂੰ ਮਾਰਦੀ ਗਈ। ਅੱਛਾ। ਅਸਾਂ ਵਜ਼ੀਰਾਬਾਦ ਇੱਕ ਬੱਚਾ ਫੜਿਆ ਸੀ ਗੱਡੀ
अगे गड्डी डक दी लकड़ सुट के उस बड़ा जहा दुनिया मारी एक छोटा जहा बच्चा उथे रह गया वो अजे भी जिंदा अच्छा। अपनी घर ही पाल लिया औलाद को नी सी ना मैं तू इन सामभ रब ने होर भी ला दी सही हो गया चलो भी पुछदे सरदारा ना अगे सारे लैन दे भुल गए गंडा सिंह ते रूड़ा गंडा सिंह ते यूसुफ वो उत्थे कट्ठे हुंदे हन बाजार जिथे गड्डी खिलारी सी आहो आहो उत्थे हुंदे हन साइड ते तो जिहड़े इत्थे सन चौंक दे विच इक इत्थे वी हुंदा सी अच्छा ना भुल गए ने मेरी अपनी मत मार कती मैं हुण की दसां अग्गे तुसी वाह सारे दस्से मैनूं चौंक च ਮੈਨੂੰ ਪਤਾ ਲੱਗਾ ਸਮਾਨ ਤੁਸੀਂ ਲੈ ਕੇ ਗਏ 47 46 ਏਡੇ ਸਮਾਨ ਸੁੱਟਦਾ ਰਿਹਾ ਮੈਂ ਅੱਛਾ ਸਿੱਖਾਂ ਦਾ ਸਮਾਨ ਇੱਥੇ ਪਿੰਡ ਵਾਲੇ ਵੀ ਪਹਿਲੇ ਛੱਡੇ ਸਨ ਹਾਂ ਅੱਛਾ ਪਿੰਡ ਵਾਲੇ ਤੇ ਮਹਿਰਾਂ ਦਾ ਗੱਡਾ ਸੀ ਮੈਂ ਉਹਨੂੰ ਆਖਿਆ ਤੂੰ ਲੈ ਜਾ ਤੇ ਮੈਨੂੰ ਚੌਤੀ ਹੈ ਚੱਲ ਚੇਬਾ ਸਿੰਘ ਕੇ ਉਹਨਾਂ ਨੇ ਆਖਿਆ ਫਿਰ ਸਾਨੂੰ ਛੱਡਿਆ ਅੱਛਾ ਉਹ ਫਿਰ ਇਹਨਾਂ ਗਰੀਬਾਂ ਨੂੰ ਦੋ ਫਿਰ ਗੱਡੇ ਚੌ ਜੋ ਆਏ ਇਹਨਾਂ ਨੂੰ ਸਾਰਿਆਂ ਨੂੰ ਅੱਛਾ ਤੇ ਮੈਂ ਆਖਿਆ ਇਹਨਾਂ ਕੋਲ ਕਿਰਾਇਆ ਨਾ ਮੰਗਿਆ ਕਿਰਾਇਆ ਮੇਰੇ ਕੋਲ ਲਿਆ ਜਾ ਮੈਂ ਸਾਰਿਆਂ ਨੂੰ ਫਿਰ ਕਿਰਾਇਆ ਕੋਲੋਂ ਦਿੱਤਾ ਸੀ ਅੱਛਾ ਤੇ ਕਿੱਦਾਂ ਇੱਥੋਂ ਕਿੱਦਾਂ ਗਏ ਕਿੱਦਾਂ ਸੀ ਘਰ ਬਾਰ ਕਿਉਂ ਛੱਡੇ ਪਏ ਹਮਲਾ ਤਾਂ ਨਹੀਂ ਹੋਇਆ ਮੈਂ ਕਿਹਾ ਦਾਣੇ ਇਹ ਦਾਣੇ ਕੀ ਆਟਾ ਜਾਂ ਕੋਈ ਚੌਲ ਥੋੜ੍ਹੇ ਜਿਹੇ ਅਤੇ ਜਾਂ ਨਿੱਕੜ ਛੁੱਕੜ ਆ ਕੋਈ ਖਾਣ ਪੀਣ ਵਾਸਤੇ ਨਹੀਂ ਇੱਥੋਂ ਕਿਉਂ ਗਏ ਉਹ ਲੋਕ ਕਿਹੜੇ ਉਹ ਸਰਦਾਰ ਸਿੱਖ ਲੋਕ ਇੱਥੋਂ ਕਿਉਂ ਗਏ ਬੜਾ ਮੁਲਖ ਨੇ ਆਖਿਆ ਸੀ ਨਾ ਜਾਓ ਪਿੰਡ ਦੀਆਂ ਸਾਰੀ ਦੁਨੀਆ ਨੇ ਆਖਿਆ ਸੀ ਵੀ ਨਾ ਜਾਓ ਅੱਛਾ ਨਾ ਜਾਓ ਰਹੋ ਇੱਥੇ ਹੀ ਅੱਛਾ ਹਾਂ ਤੁਸੀਂ ਨਾ ਮੁਸਲਮਾਨ ਹੋਵੋ ਤੁਸੀਂ ਕਿੰਨੇ ਬੱਚੇ ਜੇ ਦੂਮ ਰੱਬਿਆਂ ਦਾ ਮਾਲਕ ਅੱਛਾ ਤੇ ਪਿੱਛੇ ਜੇ ਮੇਰਾ ਕੋਈ 5 ਕੁ ਸਾਲ ਹੋਏ ਨੇ ਉਹਦਾ ਭਰਾ ਆਇਆ ਸੀ ਇੰਡੀਆ ਚੋਂ ਅੱਛਾ ਬਾਲ ਬੱਚਾ ਲੈ ਕੇ ਉਹਨੇ ਆਖਿਆ ਵੇਖੋ ਰੱਬ ਨੇ ਕਿੱਡੀ ਰੌਣਕ ਲਾਈ ਆ ਤੇ ਵੜ ਜਾ ਆ ਮਸੀਤੇ ਚਲੀਏ ਅੱਛਾ ਉਹ ਆਂਦਾ ਚੱਲ ਫਿਰ ਮੈਂ ਨਹੀਂ ਤੈਨੂੰ ਰੱਖਣਾ ਹੈ ਅੱਛਾ ਉਹ ਫਿਰ ਲੋਕਾਂ ਨੇ ਰਾਤ ਰੱਖਿਆ ਉਹਨੇ ਘਰ ਵੀ ਨਾ ਫਿਰ ਵੜਨ ਦਿੱਤਾ ਤੂੰ ਇਹ ਵੇ ਵਕਤ ਗਏ ਨੇ ਨੰਗ ਅਤੇ ਹੁਣ ਉਹ ਵਕਤ ਨਹੀਂ ਰਹਿਣੇ ਤੂੰ ਇਹ ਵੇ ਸਾਡੇ ਪਿੰਡ 'ਚ ਜਿੰਨਾ ਸਲੂਕ ਸੀ ਇੰਨਾ ਕਿਸੇ ਪਿੰਡ 'ਚ ਸਲੂਕ ਨਹੀਂ ਅੱਛਾ ਅਤੇ ਦੂਜੇ ਸਾਰੇ ਮੁਸਲ ਔਰ ਦੂਜੀ ਅੱਛਾ ਜਦੋਂ ਇੱਥੋਂ ਗਏ ਆ ਸਿੱਖ ਮਾਹੌਲ ਕਿੱਦਾਂ ਦਾ ਬਣ ਗਿਆ ਸੀਗਾ ਕੋਈ ਉਹਨਾਂ ਦਿਲ ਕਰਦਾ ਸੀ ਜਾਣ ਨੂੰ ਘਰ ਬਾਰ ਛੱਡਣ ਦਾ ਕਿਸੇ ਦਿਲ ਥੋੜ੍ਹੀ ਕਰਦਾ ਨਾ ਮੋਇਆਂ ਦੇ ਥਾਂ ਵਿਚਾਰੇ ਰੋਂਦੇ ਸਨ ਅੱਛਾ ਰੋਂਦੇ ਸਨ ਦੂ ਦੂ ਮਰੱਬਿਆਂ ਦੇ ਮਾਲਕ ਸਨ ਸਾਰੇ ਅੱਛਾ ਦੂ ਦੂ ਮਰੱਬਿਆਂ ਦੇ ਮਾਲਕ ਸਨ ਸਾਰੇ ਜਿੰਨੇ ਵੀ ਆ ਸਨ ਸਹੀ ਅਤੇ ਇੱਕ ਦੂਜੇ ਨਾਲ ਦੀਦ ਵੀ ਆ ਸੀ ਜੇ ਕਿਹੋ ਜਿਹਾ ਬੰਦਾ ਮਾੜਾ ਲਗਾ ਗਿਆ ਨਾ ਯਾਰ ਮੈਂ ਧੀ ਦੀ ਸ਼ਾਦੀ ਕਰਨੀ ਹੈ ਉਹ ਵੱਡੇ ਵਾਲੇ ਆਈਆਂ ਸਮਾਨ ਲੈ ਜਾਈ ਜਿੰਨਾ ਲੋੜ ਇੱਥੇ ਪਿੰਡ ਕੀ 34 'ਚ ਕੀ 28 'ਚ ਕੀ 29 'ਚ ਕੀ ਜੇ ਉਹ ਗਰੀਬ ਗਿਆ ਨਾ ਉਹ ਵੱਡੇ ਵਾਲੇ ਆ ਕੇ ਲੈ ਜਾਏ ਹਰਸ਼ਾ ਇੰਨੀ ਵਧੀਆ ਦੁਨੀਆ ਕਰ ਗਈ ਕਿਆ ਬਾਤ ਅਤੇ ਹੁਣ ਕੋਈ ਨਹੀਂ ਜੀਤ ਰਿਹਾ ਹੁਣ ਭਰਾਵਾਂ ਨੂੰ ਭਰਾ ਮਾਰੀ ਆਉਂਦੇ ਨੇ ਉਹ ਐਵੇਂ ਨਹੀਂ ਆਖਿਆ ਅਗਲੇ ਦਿਨ ਇੱਕ ਸ਼ੇਰ ਮੈਂ ਬਣਾਇਆ ਸੀ ਰੱਤੇ ਲਾਲ ਦੁਆਣੇ ਨਹੀਂ ਛੱਡਿਆ ਮਾਂ ਅਤੇ ਪਿਓ ਮੱਲੇ ਜਨਾਨੀਆਂ ਦੇ ਸਿਰਾਣੇ ਨਹੀਂ ਹੁਣ ਮਾਂ ਪਿਓ ਨੂੰ ਕੋਈ ਨਹੀਂ ਪੁੱਛਦਾ ਹੁਣ ਜਨਾਨੀਆਂ ਕੋਲ ਹੀ ਬਹਿੰਦੇ ਭਾਵੇਂ ਕੋਈ ਮਰੇ ਅਤੇ ਭਾਵੇਂ ਕੋਈ ਜੀਵੇ ਕਿਆ ਬਾਤ ਹੈ ਬਾਬਾ ਜੀ ਅਤੇ ਵਿਹਲਾ ਉਹ ਚੰਗਾ ਸੀ ਕਿ ਅੱਜ ਦਾ ਵਿਹਲਾ ਉਹ ਹੀ ਚੰਗਾ ਸੀ ਉਹ ਹੀ ਚੰਗਾ ਸੀ ਹੁਣ ਤਾਂ ਇਮਾਨਦਾਰੀ ਉਹ ਤੁਹਾਨੂੰ ਦੱਸਿਆ ਨਹੀਂ ਉਹ ਕਈ ਵਾਰੀ ਬੰਦੇ ਮੈਨੂੰ ਮਿਲਦੇ ਹੀ ਰਹਿੰਦੇ ਨੇ ਤੁਹਾਡੀ ਬੁਲਾਦਰੀ ਦੇ ਵਰਿਆਮ ਸਿੰਘ ਦਾ ਘਰ ਪਤਾ ਕਿੱਥੇ ਸੀਗਾ ਉਹ ਉੱਧਰ ਸੀ ਉਸ ਪਾਸੇ ਸੀਗਾ ਮੇਨ 'ਤੇ ਜਿੱਥੋਂ ਆਪਾਂ ਹੋ ਕੇ ਆਏ ਹਾਂ ਇੱਧਰ ਸੀ ਆਹ ਬਾਜ਼ਾਰ ਹੈ ਨਾ ਉਹ ਬਾਜ਼ਾਰ ਇੱਥੇ ਅੱਗੇ ਸੀ ਅੱਛਾ
चलो बजुर्गो ਤੁਹਾਡਾ बहुत बहुत शुक्रिया। ਤੁਹਾਡੇ ਨਾਲ दो चार ਗੱਲਾਂ ਯਾਦਾਂ ਲੈਣ ਆਏ ਸੀ ਜੀ। ਟਹਿਲ ਸਿੰਘ ਸਰਦਾਰ ਜੀ ਜਿਹੜੇ ਹੁਣ ਜਲੰਧਰ ਬੈਠੇ ਆ, ਉਹਨਾਂ ਦੇ ਵੱਡ ਵਡੇਰੇ ਵਰਿਆਮ ਸਿੰਘ, ਜਵਾਲਾ ਸਿੰਘ ਅੱਗੇ ਬਜ਼ੁਰਗਾਂ ਦੇ ਨਾਂ ਲਏ ਵੀ ਆ, ਲੇਕਿਨ ਸਾਡੇ ਤੋਂ ਥੋੜ੍ਹਾ ਜਿਹਾ ਡਰ ਗਏ ਔਰ ਸਾਡੇ ਕੈਮਰਾਮੈਨ ਨੂੰ ਪੁੱਛਦੇ ਸੀ ਕਿ ਬਈ ਸਾਨੂੰ ਮੈਨੂੰ ਕਿਤੇ ਥਾਣੇ 'ਤੇ ਨਹੀਂ ਲੈ ਜਾਣਗੇ, ਅਤੇ ਪਤਾ ਨਹੀਂ ਬਜ਼ੁਰਗ ਥੋੜ੍ਹੇ ਜਿਹੇ ਚੱਕਣ ਦੇ ਆ, ਲੇਕਿਨ ਅਸੀਂ ਆਏ ਸੀ ਉਹਨਾਂ ਦੇ ਪਿੰਡ, ਸੋ ਆਓ ਉਹਨਾਂ ਦਾ ਪਿੰਡ ਵੀ ਵੇਖਦੇ ਹਾਂ। ਅਤੇ ਨਾਲ ਬਜ਼ੁਰਗਾਂ ਨੇ ਕਿੰਨੀ ਸੋਹਣੀ ਗੱਲ ਕੀਤੀ ਕਿ ਉਸ ਵੇਲੇ ਅਗਰ ਕਿਸੇ ਦੀ ਧੀ ਭੈਣ ਜਿਹੜੀ ਵਿਆਹਣੀ ਸੀ ਨਾ, ਉਹ ਵੀ ਸਾਰੇ ਨਾਲ ਰਲ ਮਿਲ ਕੇ ਇੱਕ ਦੂਸਰੇ ਦੀ ਮਦਦ ਕਰਦੇ ਸੀ। ਅਤੇ ਅੱਜ ਸਾਡਾ ਹਾਲ ਵੇਖ ਲਓ, ਸਾਡਾ ਇਹ ਹਾਲ ਹੈ ਕਿ ਜੀ ਆਪਾਂ ਸੋਸ਼ਲ ਮੀਡੀਆ 'ਤੇ ਵੇਖਦੇ ਹਾਂ ਕਿ ਅਸੀਂ ਕੋਈ ਧੀ ਭੈਣ ਸਾਡੀ ਬਾਹਰ ਗਲੀ ਲੰਘ ਰਹੀ ਹੁੰਦੀ ਹੈ, ਅਤੇ ਅਸੀਂ ਜਨਾਬ ਦੂਸਰੇ ਉਹਨਾਂ ਦੀ ਵੀਡੀਓ ਬਣਾ ਦਿੰਦੇ ਹਾਂ ਔਰ ਉਹ ਫਿਰ ਸੋਸ਼ਲ ਮੀਡੀਆ ਦੇ ਉੱਪਰ ਉਹਦੇ ਉੱਪਰ ਗੰਦੀ ਜੀ ਗਾਇਕੀ ਜਾਂ ਫਿਰ ਮਾੜੀਆਂ ਗੱਲਾਂ ਲਾ ਦਿੰਦੇ ਹਾਂ। ਅਤੇ ਉਹ ਮਾਹੌਲ ਵੇਖੋ ਕਿੱਦਾਂ ਦਾ ਸੀ, ਅਤੇ ਅੱਜ ਮਾਹੌਲ ਆਪਾਂ ਕਿੱਦਾਂ ਦਾ ਬਣਾ ਲਿਆ। ਸੋ ਲਓ ਜੀ ਆਓ ਚੱਲਦੇ ਹਾਂ, ਪਿੰਡ ਵੀ ਵੇਖਦੇ ਹਾਂ, ਨਾਲ ਪਿੰਡ ਵੇਖਦੇ ਹਾਂ, ਨਾਲ ਕੋਈ ਹੋਰ ਵੀ ਬਜ਼ੁਰਗ ਲੱਭਦੇ ਹਾਂ ਜੀ। ਆ ਜਾਓ ਚੱਲੀਏ। ਆ ਇੱਕ ਜੀ ਇੱਥੇ ਹੋਰ ਬਜ਼ੁਰਗ ਸਾਡੇ ਨਾਲ ਮਿਲੇ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬਾਬਾ ਜੀ ਕੀ ਹਾਲ ਚਾਲ ਤੁਹਾਡਾ? ਬਿਲਕੁਲ ਠੀਕ। ਨਾਂ ਕੀ ਤੁਹਾਡਾ? ਮੁਹੰਮਦ ਫਾਜ਼ਲ। ਮੁਹੰਮਦ ਫਾਜ਼ਲ, ਤੁਹਾਡੇ ਵਾਲਦ ਸਾਹਿਬ ਦਾ? ਇਮਾਮਦੀਨ। ਇਮਾਮਦੀਨ। ਅਤੇ ਬਜ਼ੁਰਗੋ ਆਪਣਾ ਉਦੋਂ ਕਿੰਨੀ ਉਮਰ ਸੀ ਤੁਹਾਡੀ? 8-9 ਸਾਲ। 8-9 ਸਾਲ ਨਿਕੇ ਸੀ, ਸਹੀ ਹੋ ਗਿਆ। ਅਤੇ ਇੱਥੇ ਕੌਣ ਕੌਣ ਰਹਿੰਦੇ ਸੀ, ਕੋਈ ਨਾਂ ਪਤਾ ਕੋਈ? ਇਹਨਾਂ ਨੂੰ ਨਾਂ ਨਹੀਂ ਯਾਦ ਰਿਹਾ, ਤੇ ਸਾਨੂੰ ਉਹ ਗੰਡਾ ਤੇ ਗੰਡੇ ਸਿੰਘ ਦਾ ਭਾਜੀ ਇੱਥੇ ਜਿਹੜੇ ਹਾਂ ਬੰਦ ਕਰਿਓ ਜ਼ਰਾ। ਅੱਛਾ, ਉਹ ਇੱਥੇ ਜਿਹੜੇ ਰਹਿੰਦੇ ਹਾਂ, ਜਿਹੜੇ ਤੋਲਦੇ ਤਾਲਦੇ ਹਾਂ, ਉਹ ਜਿਹਨਾਂ ਦੇ ਕੀ ਉਹਨਾਂ ਦਾ ਨਾਂ? ਰਾਮ ਲਾਲ। ਸਰਦਾਰੀ ਲਾਲ। ਸਰਦਾਰੀ ਲਾਲ ਸਰਦਾਰੀ ਲਾਲ ਬਜ਼ੁਰਗ ਉਦੋਂ ਦੇ ਲੱਗਦੇ ਕੋਈ ਨੀ ਤੁਸੀਂ? ਦੀਦੀ ਬਜ਼ੁਰਗਾਂ ਨੂੰ ਵੇਖਿਆ ਇੱਥੇ ਠੀਕ ਠਾਕ, ਮੇਰਾ ਮਤਲਬ ਬੜੇ ਹਸਮੁੱਖ ਬੰਦੇ ਸਨ। ਲੇਕਿਨ ਇਹ ਵੇ ਕੇ ਵਕਤ ਦੇ ਨਾਲ ਜਿਵੇਂ ਜਿਵੇਂ ਮੇਰਾ ਆ ਜਾਣੀ ਹੈ ਕਿਸੇ ਦੀ, ਫਿਰ ਜਾਣਾ ਤੇ ਹੈ ਹੀ, ਰਹਿਣਾ ਤੇ ਇੱਥੇ ਕਿਸੇ ਵੀ ਨਹੀਂ। ਸਰਦਾਰੀ ਲਾਲ ਨੂੰ ਤੁਸੀਂ ਦੱਸਿਆ? ਵੇਖੋ ਜੀ ਹਰਦਿਆਲ ਇਹ ਬੰਦਾ ਜਿਹੜਾ ਨਾ, ਇਹ ਉਹਨਾਂ ਦੇ ਵੇਲੇ ਦਾ, ਅਸੀਂ ਜਿਵੇਂ ਗਦਰ ਦੇ, ਮੇਰਾ ਮਤਲਬ ਸਨ 47 ਦੇ, ਸਾਡੀ ਪੈਦਾਇਸ਼ ਸਨ 47 ਦੀ। ਉਸ ਤੋਂ ਬਾਅਦ ਜਿਹੜੇ ਕੋਈ ਬੰਦੇ ਇੱਥੇ ਰਹੇ ਸਨ ਉਹਨਾਂ ਨਾਲ ਵਾਕਫੀਅਤ ਹੈ। ਅੱਛਾ, ਕੁਛ ਲੋਕ ਰਹਿ ਗਏ ਸੀ ਇੱਥੇ ਜਿਹੜੇ, ਮੇਰਾ ਮਤਲਬ ਜਿਵੇਂ ਆਪਣਾ ਸਰਦਾਰੀ ਲਾਲ ਰਿਹਾ ਸੀ। ਸਰਦਾਰੀ ਲਾਲ ਉਹਦੇ ਦੋ ਰਹੇ ਸਾਡੇ, ਉਹ ਜਿੰਨਾ ਗੱਡੇ ਬਣਾਏ ਦੋਵੇਂ ਭਰਾ, ਉਹ ਤ੍ਰੈਵੇਂ ਇੱਥੇ ਹੀ ਰਹੇ ਸਨ। ਤਾਂ ਸਾਡੇ ਤਾਂ ਕੋਈ ਨਹੀਂ, ਉਹ ਦੋਵੇਂ ਭਰਾ ਸਨ, ਉਹਨੇ ਗੱਡਾ ਰੱਖਿਆ ਹੁੰਦਾ ਸੀ। ਚੌਂਤੀ ਬਹੁਤ ਜ਼ਿਆਦਾ, ਚੌਂਤੀ ਤਾਂ ਸਾਰੇ ਹੀ ਸਨ, ਚੌਂਤੀ 28। ਅੱਲਾ ਦੀ ਮਿਹਰਬਾਨੀ ਨਾਲ ਉਹ ਇੰਝ ਹੀ ਕਰਦੇ ਹਾਂ ਜੀ, ਆਹ ਲੈ ਜਾਓ ਜਿੰਨੀ ਕੁ ਤੁਹਾਨੂੰ ਚਾਹੀਦੀ ਤੁਸੀਂ ਇਹ ਲੈ ਚੱਲੇ। ਕਿਸੇ ਕੋਲ ਜਿਹੜੀ ਸ਼ਾਦੀ ਲੋੜ ਹੀ ਲੱਗ, ਇਹ ਜਿਹੜਾ ਹਰਦਿਆਲ ਸੀ ਨਾ ਖੱਤਰੀ, ਇਹ ਜਿਹੜਾ ਹਰਦਿਆਲ ਖੱਤਰੀ ਸੀ, ਇਹ ਖਲ ਲੈਂਦਾ ਹੁੰਦਾ ਸੀ, ਖਲ ਲੈਂਦਾ। ਲੇਕਿਨ ਇਹ ਵੇ ਕਿ ਉਹ 5-6 ਬੋਰੀਆਂ ਜਿਵੇਂ ਇੰਨੀ ਬਰਕਤ ਸੀ ਕਿ ਕਿਸੇ ਯਤੀਮ ਨੂੰ, ਕਿਸੇ ਮਸਕੀਨ ਨੂੰ ਪਹਿਲਾਂ ਉਹਦਾ ਹਿੱਸਾ ਕੱਢਣਾ ਫਿਰ ਘਰ ਖਾ। ਹੁਣ ਇਹ ਵੀ ਹੁਣ ਮਸਜਿਦ ਦੀ ਬੋਰੀ ਜਿਹੜੀ ਆ ਦਰਵੇਸ਼ ਦੀ, ਜਿਹੜਾ ਮਸਜਿਦ ਦਾ ਮੇਰਾ ਮੈਂ ਸਫਾਈ ਸੁਈ ਕਰ, ਉਹਨੂੰ ਕੋਈ ਨਹੀਂ ਦਿੰਦਾ ਤੇ ਬਰਕਤ ਵੀ ਤੂੰ ਹੀ ਰਹਿ ਜਾਣੀ ਹੈ। ਹੁਣ ਤਾਂ ਅਗਲੇ ਦੀ ਵੀ ਖਾ ਲੈ, ਅਗਲੇ ਦੀ ਵੀ ਖਾ ਲੈ। ਤੂੰ ਆਂਦਾ ਖੇ ਖਾਲਕਾ ਮੁਲਕ ਦਿਆ ਮਾਲਕਾ ਵੇ, ਖੇ ਖਾਲਕਾ ਮੁਲਕ ਦਿਆ ਮਾਲਕਾ ਬਈ, ਖੇ ਖਾਲਕਾ ਮੁਲਕ ਦਿਆ ਮਾਲਕਾ ਬਈ, ਸਾਡੀਆਂ ਰੋਦੀਆਂ ਦੂਰ ਖਿਲਾਰੀਆਂ ਨੀ, ਅਸਾਂ ਵਾਂਗ ਮਮੋਲਿਆਂ ਦੇਸ਼ ਛੱਡੇ, ਕੂਈਆਂ ਵਾਂਗ ਉਡਾਰੀਆਂ ਮਾਰੀਆਂ ਨੀ, ਪਰ ਸਾਨੂੰ ਨਿੱਤ ਪ੍ਰਦੇਸ਼ ਦੀ ਖਿੱਚ ਰਹਿੰਦੀ, ਸਾਡੀਆਂ ਨਿੱਤ ਪ੍ਰਦੇਸ਼ ਤਿਆਰੀਆਂ ਨੀ, ਪਰ ਜਿੰਦੇ ਮੇਰੀ ਨੀ ਤੇਰਾ ਰੱਬ ਰਾਖਾ, ਡੂੰਘੇ ਪਿੰਡੇ ਤੇ ਮੰਜ਼ਿਲਾਂ ਭਾਰੀਆਂ ਨੀ। ਉਹ ਆਂਦਾ ਤੇ ਤੰਗ ਪਿਆ ਵਿੱਚ ਕੋਠੜੀ ਦੇ, ਤੇ ਤੰਗ ਪਿਆ ਵਿੱਚ ਕੋਠੜੀ ਦੇ, ਉੱਥੇ ਲੱਗਦੀ ਝੁੱਲ ਕੇ ਵਾਹ ਨਹੀਂ ਹੋ, ਪਰ ਛੋਟੇ ਹੁੰਦੇ ਦਾ ਬਾਪ ਰਜ਼ਾ ਹੋਇਆ, ਪਿੱਛੇ ਜਿਉਂਦੀ ਗਰੀਬ ਦੀ ਮਾਂ ਨਹੀਂ ਹੋ, ਭਾਈ ਵਿੱਚ ਪ੍ਰਦੇਸ਼ ਖੁਆਰ ਹੁੰਦੇ, ਪਰ ਭੈਣਾਂ ਬਾਅਦ ਵੀ ਕਿਸੇ ਨੂੰ ਚਾਹ ਨਹੀਂ ਹੋ, ਕਰ ਫਰਯਾਦ ਹਸਨ ਮਮਦਾ ਸੋਹਣੇ ਰੱਬ ਅੱਗੇ, ਤੇਰੀ ਹੋਰ ਕਿਸੇ ਪਾਸੇ ਹੁਣ ਜਾ ਨਹੀਂ ਹੋ, ਛੇਛੇ ਤੇ ਮਿੱਟੀ ਪਾਉ ਪਰਾਉਣੇ ਭੁੱਖੇ ਪੇ ਮਰਦੇ। ਜਿੱਧਰੋਂ ਤੁਸੀਂ ਇੱਧਰ ਸਰਗੋਧੇ ਦੇ ਆਏ ਨਾ, ਜਦੋਂ ਉਹ ਨੰਗੇ ਸਾ ਸੇਮ, ਉਹਦੇ ਆਸ ਸਾਰ ਦੇ
ਬਾਂਸਣ ਉਥੇ ਬੜੀਆਂ ਹੁੰਦੀਆਂ ਸਰ ਉਹ ਬਾਂਸਾਂ ਦਾ ਜਿਹੜਾ ਵੱਡਾ ਚਾਰ ਚਫੇਰੇ ਬਣਿਆ ਹੋਇਆ